ਨਹੀਂ ਮੈਨੂੰ ਢੇਲੇ ਨਾ ਦਿਖਾ ਕੱਕਾ ਕੱਢ ਕੇ ਮੈਂ ਰੱਖ ਲੈਣੀ ਆ ਪਚਣਾ ਤਾਂ ਨਹੀਂ ਨੀ ਪਾ ਸਾਰੇ ਪਿੱਛੇ ਕਹਿ ਰਹੇ ਸੀ ਵੀ ਤੁਸੀਂ ਆਇਲਸ ਕਰਦੇ ਹੋ ਤੁਸੀਂ ਆਇਲਸ ਕਰਦੇ ਹੋ ਆਇਲਸ ਮੈਂ ਘੱਟੋ ਘੱਟ 4 ਵਾਰੀ ਕਰ ਚੁੱਕੀ ਹਾਂ ਇਸ ਵਾਰੀ ਮੈਂ ਜਿਹੜੀ ਆਇਲਸ ਕੀਤੀ ਉਹ ਮੈਂ 4th ਟਾਈਮ ਆਇਲਸ ਕੀਤੀ ਹੈ ਜੱਟ ਪਾ ਕੇ ਚੁੱਕੀ अच्छा जी चार वारी आयल्स कितनी है आ भी तो दस दा रिजल्ट की सी आयल्स दा जेडे चार वारी करनी पैगी तेनू किते फेल ते नहीं होगी सी के कुछ होर ही चक्कर सी ओहो समझ गई तू समझा हां नहीं तू समझा नहीं देखिए किसी ने तो पॉजिटिव करन नहीं आना अपने आप नु आप ही करना पड़ेगा मैं तो कुछ और ही समझ रहा था तो बेटर है अपनी लाइफ नु मूव ऑन करके ना थोड़ा फ्यूचर पर कंसंट्रेट कर लिए पहले एक वारी दाते लाता सीगा हुन सोचनिया भी नहीं अच्छा well, caring अपने पार्टनर को हर एक चीज से सपोर्ट करो जो पढ़ना चाहती है जो कुछ करना चाहती है जो कितने जाना चाहती है उदे मतलब a few moments later ਗਿਆ ਉਹਦੇ ਵਿੱਚ ਨਾ ਉਹਦਾ ਹੱਥ ਫੜ ਕੇ ਕਹੋ ਕਿ ਤੂੰ ਕਰ ਮੈਂ ਤੇਰੇ ਨਾਲ ਆ ਨਾ ਕਿ ਉਹਨੂੰ ਪਿੱਛੇ ਖਿੱਚੋ ਉਹਦੇ ਵੀ ਤੇਰੇ ਤੋਂ ਨਹੀਂ ਹੋਣਾ ਤੂੰ ਬਹਿ ਜਾ ਤੂੰ ਨਹੀਂ ਕਰਨਾ ਤੂੰ ਬਹਿ ਜਾ ਤਲਾਕ ਦੀ ਵਜ੍ਹਾ ਮੈਂ ਦੱਸਣ ਜਾ ਰਹੀ ਹਾਂ ਬਲੌਗ ਦੇ ਵਿੱਚ ਆ ਹੋਣਾ ਚਾਹੀਦਾ ਤੇਰੇ ਬਲੌਗ ਦਾ ਟਾਈਟਲ ਆ ਜਿਹੜਾ ਤੂੰ ਮਿੱਠੀਆਂ ਮਾਰ ਕੇ ਭੈਣ ਚੋ ਚਲਾਕੀ ਘੋਟਦੀ ਪਈ ਹੈ ਨਾ ਹਾਂ ਮੁੰਡਾ ਕਿੱਦਾਂ ਦਾ ਚਾਹੀਦਾ ਤੁਹਾਨੂੰ ਉਹ ਐਕਸਪਲੇਨ ਕਰ ਰਹੀ ਹੈ ਕਿ ਤੂੰ ਆਪਣੇ ਤਲਾਕ ਦੀ ਵਜ੍ਹਾ ਐਕਸਪਲੇਨ ਕਰ ਰਹੀ ਹੈ ਕਿ ਤੇਰਾ ਤਲਾਕ ਕਿਉਂ ਹੋਇਆ ਅਕਲ ਹੈ ਨਾ ਤੇਰੇ 'ਚ ਥੋੜ੍ਹੀ ਬਹੁਤ ਮੇਕਅਪ ਕਰਦੀ ਹੈ ਘੁੰਮਣਾ ਫਿਰਨਾ ਗੱਡੀ ਚਲਾਉਣੀ ਹੈ ਉਹਦੇ ਲਈ ਦਿਮਾਗ ਚਾਹੀਦਾ ਹੁੰਦਾ ਨਾ ਮਾੜਾ ਮੋਟਾ ਥੋੜ੍ਹਾ ਜਿਹਾ ਤਾਂ ਹੈਗਾ ਨਾ ਤੇਰੇ ਕੋਲ ਦਿਮਾਗ ਜੇ ਤੂੰ ਕੰਟਰੋਵਰਸੀ ਨਹੀਂ ਪਾਲਦੀ ਤੇਰੇ ਘਰਦਿਆਂ ਨੇ ਰੋਕਿਆ ਅਤੇ ਤੇਰੀ ਬੁੰਡ ਟਿਕ ਕੇ ਬਹਿ ਨਹੀਂ ਸਕਦੀ ਟਿਕ ਕੇ ਕਿਤੇ ਸਾਈਡ 'ਤੇ ਬੈਠਿਆ ਨਹੀਂ ਜਾਂਦਾ ਕਦੀ ਦੀਵਾਰ 'ਤੇ ਉਹ ਜੀ ਔਰ ਐਸ ਮਿਟਾਉਣਾ ਸ਼ੁਰੂ ਕਰ ਦਿੰਦੀ ਹੈ ਕਿਸੇ ਨੇ ਹੋਰ ਨੇ ਲਿਖਿਆ ਸੀਗਾ ਮੈਂ ਮਿਟੇ ਰਹੀ ਹੈ ਉਹ ਬੁੰਡ ਚੱਲਿਆ ਭੈਣ ਜਦੋਂ ਸਰੇਆ ਮਾਰ ਨਾ ਡਾਂਗਾ ਲੈ ਕੇ ਸੜਕਾਂ 'ਤੇ ਦੋਨੋਂ ਜਣੇ ਜੇ ਉਹ ਟਿਕ ਕੇ ਬੈਠਾ ਤਾਂ ਤੇਰੀ ਬੁੰਡ ਨੂੰ ਕੀ ਖਾਜ ਮੱਚਦੀ ਪਈ ਹੈ ਉਹ ਆਪਣਾ ਸੌਂਗ ਪਾ ਰਿਹਾ ਤੂੰ ਵੀ ਨੱਚ ਗਾ ਟੱਪ ਇੰਜੋਏ ਕਰ ਆਹ ਬਹਾਨੇ ਮਾਰ ਕੇ ਕੀ ਤਲਾਕ ਦੀ ਵਜ੍ਹਾ ਦੱਸਣ 'ਤੇ ਆ ਰਹੀ ਹੈ ਤਾਂ ਕੰਟਰੋਵਰਸੀ ਭਾਲਦੀ ਪਈ ਹੈ ਗਗਨ ਦੀ ਲੁੱਲੀ ਤਾਂ ਚੜੇ ਬਗੈਰ ਤੈਨੂੰ ਕੀ ਫੇਮ ਨਹੀਂ ਮਿਲੇਗਾ ਹਜੇ ਦੋ ਮਾੜੇ ਜਿਹੇ ਨੰਗੇ ਹੋ ਕੇ ਠੁਮਕੇ ਮਾਰ ਫੇਮ ਹੀ ਫੇਮ ਮਿਲੂਗਾ ਜਦ ਦੇਖੋ ਭੈਣ ਜੋ ਘੂਸੀਆਂ ਭੋਰਨੀਆਂ ਤਾਂ ਉਮੀਦ ਵੀ ਕੀ ਹੈ ਤਲਾਕ ਦੀ ਵਜ੍ਹਾ ਚੱਲ ਤੇਰੀ ਹੈਲਥ ਇਸ਼ੂ ਜਿਹੜਾ ਡਿਪਰੈਸ਼ਨ ਆ ਹੁੰਦਾ ਹੋਊਗਾ ਹੋ ਗਿਆ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਹੋ ਗਿਆ ਹੋਣਾ 4 ਦਿਨ ਕੁੱਤੇ ਦੇ ਨਾਲ ਰਹੀ ਹੈ ਉਹਦੇ ਨਾਲ ਅਟੈਚਮੈਂਟ ਹੋ ਜਾਂਦੀ ਹੈ ਤਾਂ ਉਹ ਤਾਂ ਫਿਰ ਇਨਸਾਨ ਸੀਗਾ ਹੋ ਗਿਆ ਹੋਣਾ ਬਟ ਜਿਹੜੀ ਤੂੰ ਚਲਾਕੀਆਂ ਘੋਟਦੀ ਹੈ ਨਾ ਘੋਟੋ ਕਿਉਂਕਿ ਕੋਈ ਫਾਇਦਾ ਨਹੀਂ ਹੈ ਸੋਹਣਾ ਹੋਣ ਨਾਲੋਂ ਜ਼ਿਆਦਾ ਫਾਈਨੈਂਸ਼ੀਅਲੀ ਸੈਟ ਸਪੋਰਟ ਸਭ ਤੋਂ ਵੱਡੀ ਗੱਲ ਹੈ ਤੁਹਾਨੂੰ ਸਪੋਰਟ ਕਰਨ ਵਾਲਾ ਹੋਣਾ ਚਾਹੀਦਾ ਹੈ ਪੂਰੀ ਫੈਮਿਲੀ ਤੁਹਾਨੂੰ ਪਿਆਰ ਕਰੇ ਸਹੀ ਖੇਲ ਗਿਆ ਬੈਂਚ ਹੁਣ ਕੀ ਫਾਇਦਾ ਬਹਾਨੇ ਮਾਰ ਕੇ ਬਲੌਗ 'ਚ ਦੱਸਦੀ ਪਈਆਂ ਤਲਾਕ ਦੀ ਅਸਲੀ ਵਜ੍ਹਾ ਹੁਣ ਕੀ ਫਾਇਦਾ ਟੱਪਣ ਦਾ ਜਬ ਅਬ ਕਿਆ ਫਾਇਦਾ ਜਬ ਚਿੜੀਆ ਚੁੱਗ ਗਈ ਖੇਤ ਹੁਣ ਤਾਂ ਵੱਜ ਗਈ ਤੇਰੀ ਜਿਹੜੀ ਵੱਜਣੀ ਸੀਗੀ ਹੁਣ ਜੋ ਮਰਜ਼ੀ ਬਹਾਨੇ ਬਣਾ ਨਾ ਬਣਾ ਇੱਕ ਦੂਜਿਆਂ ਦੇ ਉੱਤੇ ਕੀਚੜ ਉਛਾਲੀ ਜਾਓ ਇਹਦੇ ਕਰਦੇ ਇੱਦਾਂ ਮੈਨੂੰ ਇੱਜ਼ਤ ਨਹੀਂ ਦਿੰਦੇ ਸੀ ਮੈਨੂੰ ਬਾਹਰ ਨਹੀਂ ਜਾਣ ਦਿੰਦੇ ਸੀ ਮੈਨੂੰ ਕੱਪੜੇ ਨਹੀਂ ਪਾਉਣ ਦਿੰਦੇ ਸੀ ਮੈਨੂੰ ਖੇਡਣ ਨਹੀਂ ਦਿੰਦੇ ਸੀ ਮੈਨੂੰ ਇਹ ਨਹੀਂ ਕਰਨ ਦਿੰਦੇ ਸੀ ਉਹ ਨਹੀਂ ਕਰਨ ਦਿੰਦੇ ਸੀ ਹੁਣ ਜੋ ਮਰਜ਼ੀ ਕੀਚੜ ਉਛਾਲੀ ਜਾਓ ਹੁਣ ਗਗਨ ਵੀ ਕੁਛ ਉਛਾਲ ਸਕਦਾ ਉਹ ਤੇਰੇ ਉੱਤੇ ਚੱਕ ਸਕਦਾ ਗੱਲਾਂ ਬਿਲਕੁਲ ਚੱਕ ਸਕਦਾ ਕਿ ਇਹ ਲੁੱਚੀ ਸੀ ਇਹ ਫਲਾਣਾ ਸੀ ਤਾਂ ਢਿਮਕਣਾ ਸੀ ਸਾਨੂੰ ਕੀ ਪਤਾ ਅਸੀਂ ਇਹ ਦੁਨੀਆ ਨੂੰ ਕੀ ਪਤਾ ਆਪਾਂ ਨੂੰ ਤਾਂ ਉਹੀਓ ਪਤਾ ਜਿਹੜਾ ਤੁਸੀਂ ਸਾਹਮਣੇ ਲੈ ਕੇ ਆਉਂਗੇ ਬਲੌਗਾਂ ਦੇ ਵਿੱਚ ਸੋਸ਼ਲ ਮੀਡੀਆ 'ਤੇ ਪਬਲਿਕ ਪਲੇਟਫਾਰਮ 'ਤੇ ਜੋ ਲੈ ਕੇ ਆਉਂਗੇ ਆਪਾਂ ਤਾਂ ਉਹਨੂੰ ਦੇਖ ਕੇ ਜੱਜ ਕਰਨਾ ਵਾ ਅਸਲ ਦੀ ਕਹਾਣੀ ਸਾਨੂੰ ਨਹੀਂ ਪਤਾ ਤੂੰ ਕਹੀ ਜਾ ਇਹਦੇ ਮਾਂ ਪਿਓ ਇੱਦਾਂ ਉਹਦੇ ਇੱਦਾਂ ਭੈਣ ਤੋਂ ਬੁੰਡ ਮਰਾਓ ਸਾਡੇ ਵੱਲੋਂ ਆ ਦੇ ਲੈਣਾ अच्छा जी 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 बिल्कुल बिल्कुल स्नेहा जी हाँ जी असी मान लिया वह गगन लाली भैन चौद सीगा वो माँ प्यो तेन रोकते फला फला बला बला सारी गल् मान लिया तुसी स्याने सीगे तुसी सही सी तुसी सुचे सी तो वालों कोई गलती नहीं सी दुध दे धुले हुए सी एन क्रिस्टल क्लेयर ताड़ी इमेज सी बाकी सारे ससुराली भैन चौद सीगे ठीक है जी ਹੁਣ ਇਹਦਾ ਤਾਂ ਤੂੰ ਸਵਾਦ ਲੈ ਲੈ ਕੇ ਚਲਾਕ ਬੰਨ ਬੰਨ ਕੇ ਆ ਬਲੌਗ ਪਾਉਣੀ ਪਈ ਆ ਇਨਡਾਇਰੈਕਟ ਵੇ ਨਾਲ ਤਲਾਕ ਦੀ ਵਜ੍ਹਾ ਦੱਸਦੀ ਪਈ ਆ ਆਪਣੇ ਵੱਲੋਂ ਜਿਸ ਦਿਨ ਗਗਨ ਨੇ ਪਾਇਆ ਨਾ ਤੇਰੀ ਚੀਕਾਂ ਨਿਕਲ ਜਾਣੀ ਆ ਜਦ ਉਹ ਆਇਆ ਨਾ ਉਂਗਲਾਂ ਚੱਕਣ 'ਤੇ ਤੇਰਾ ਪਾਰਟ ਜਿਹੜਾ ਜਿਹੜਾ ਮਾੜਾ ਮੋਟਾ ਬਚਿਆ ਹੋਇਆ ਮੈਂ ਆਪਣੇ ਭਗਤੋਂ ਕੋ ਕਹਿ ਰਹੀ ਦੁਨੀਆ ਕੋ ਨਹੀਂ ਕਹਿ ਰਹੀ ਉਦੋਂ ਮੂੰਹ ਅੱਡ ਅੱਡ ਕੇ ਰੋਏਂਗੀ ਆਹ ਕੀ ਬੋਲਤਾ ਉਹ ਕੀ ਬੋਲਤਾ ਝੂਠ ਬੋਲਿਆ ਫਿਰ ਉਹੀ ਉਹ ਗੰਦਗੀ ਸਟਾਰਟ ਹੋ ਜਾਣੀ ਹੈ ਭੈਣ 'ਚ ਯੂ ਤਾਂ ਸਾਲੇ ਤੁਹਾਨੂੰ ਦੋਨਾਂ ਨੂੰ ਹੀ ਨਹੀਂ ਆ ਰਹੇ ਤੁਸੀਂ ਦੋਨੋਂ ਹੀ ਬੁੰਡ ਮਰਾ ਰਹੇ ਉਮੀਦ ਤਾਂ ਲੱਗਦੀ ਹੈ ਸ਼ਾਇਦ ਗਗਨ ਵੀ ਆਪਣੀ ਲੁੱਲੀ ਲੈ ਕੇ ਟੱਪਦਾ ਹੋਇਆ ਆਊਗਾ ਬਲੌਗ ਪਾਊਗਾ ਇਨਡਾਇਰੈਕਟ
इनडायरेक्ट वे नाल या डायरेक्ट वे नाल। भैन चो उन्हें अपने किसी ब्लॉग के पता नहीं किसी लाइव च किया भी सीगा कि इज्जत अपने हाथ च होंदी है सामभ ला, नहीं तो जे खुल गई ना बहुत बुरी खुलेगी। बहुत सही किया सी उन्हें, टुट एक जा नहीं सब्सक्राइब कर लो जिन्हें नहीं किया, ब्लॉग लाइक शेयर कमेंट जरूर कर। चल बजड़ी के।